ਤੇ ਸ਼ਹਿਨਾਜ਼ ਨਾਲ ਮੇਰਾ ਬੌਂਡ ਯਾਰ ਬਹੁਤ, ਪਤਾ ਕਿੱਦਾਂ ਦਾ ਬੌਂਡ ਆ ਐਗਜ਼ੈਕਟਲੀ, ਸਕੂਲ 10ਵੀਂ 'ਚ ਬੱਚੇ ਨਹੀਂ ਪੜ੍ਹਨੇ ਹੁੰਦੇ 8ਵੀਂ 10ਵੀਂ, ਹੈ ਨਾ? ਯੈਸ, ਉਦੋਂ ਤੁਸੀਂ ਕੁਛ ਵੀ ਕਹਿ ਦਿਓ ਅਤੇ 2 ਮਿੰਟ 'ਚ ਗੁੱਸਾ ਕਰਨਾ, ਓਕੇ, ਅਤੇ ਭਾਵੇਂ ਉਹ ਕੁਛ ਵੀ ਕਹਿ ਦੇ ਮੈਨੂੰ, ਤਾਂ ਮੈਂ ਕਹਿਣਾ ਚੱਲ ਕੋਈ ਨਹੀਂ ਜਾ ਫਿਰ, ਮਤਲਬ ਕੋਈ ਹੈਗਾ ਹੀ ਨਹੀਂ, ਮਤਲਬ ਕੋਈ ਉਹ ਨਹੀਂ ਹੈਗਾ, ਜ਼ਿੰਮੇਦਾਰੀ ਨਹੀਂ ਹੈ ਕੋਈ, ਉਹ ਇੱਦਾਂ ਦਾ ਫਰੈਂਡਸ਼ਿਪ ਵਾਲਾ ਬੌਂਡ ਆ ਜਿਹਦੇ 'ਚ ਭਾਵੇਂ ਮੈਨੂੰ ਔਨਲਾਈਨ ਕੁਛ ਵੀ, ਇੱਕ ਦਿਨ ਮੈਂ ਉਹਦਾ ਜਨਮ ਦਿਨ ਬਣਾ ਦਿੱਤਾ ਸੀ ਔਨਲਾਈਨ, ਇੱਦਾਂ ਹੀ ਬੈਠੇ ਬੈਠੇ ਨੇ, ਅਤੇ ਉਹ ਵਾਲੀ ਚੀਜ਼ ਆ ਜਿੱਦਾਂ 8ਵੀਂ 9ਵੀਂ 10ਵੀਂ ਦਾ ਨਹੀਂ ਹੁੰਦਾ ਵੀ ਯਾਰ ਤੁਸੀਂ ਸਕੂਲ ਜਾ ਰਹੇ ਹੋ, ਤੁਹਾਡੀ ਲੜਾਈਆਂ ਵੀ ਚੱਲ ਰਹੀਆਂ ਨੇ, ਫਿਰ ਤੁਹਾਨੂੰ ਹੋਰ ਕੋਈ ਪਸੰਦ ਵੀ ਆ, ਬਟ ਫਿਰ ਤੁਸੀਂ ਆ ਕੇ ਦੱਸ ਦਿਓ ਇੱਕ ਦੂਜੇ ਨੂੰ ਯਾਰ ਆਹ ਹੋ ਰਿਹਾ ਉਹ ਹੋ ਰਿਹਾ ਵਾ, ਸੋ ਉਹ ਵਾਲਾ ਬੌਂਡ ਆ ਸ਼ਹਿਨਾਜ਼ ਨਾਲ ਤੁਹਾਡਾ ਬੌਂਡ। ਉਹ ਐਕਚੁਅਲ 'ਚ ਮੈਨੂੰ ਲੱਗਦਾ ਕਿ ਨਾ ਜਿੱਦਾਂ ਦੀ ਵਾਈਬ ਇਨਸਾਨ ਚਾਹੁੰਦਾ ਹੈ ਕਿ ਹਾਂ ਦੋ ਲੋਕ ਇੱਦਾਂ ਦੇ ਹੋਣ, ਤਾਂ ਉਹ ਕਿਤੇ ਨਾ ਕਿਤੇ ਉਹਨੂੰ ਪਸੰਦ ਆਉਂਦਾ ਲੋਕਾਂ ਨੂੰ। ਸ਼ਹਿਨਾਜ਼ ਗਿੱਲ ਨਾਲ ਯੂ ਨੋ ਬੌਂਡ ਕੁਛ ਮੈਂ ਜ਼ਰੂਰ ਚਾਹੂੰਗਾ ਕਿ ਗੁਰੂ ਭਾਈ ਆਪਣਾ ਸ਼ੇਅਰ ਕਰੋ ਕਿ ਉਹ ਐਕਚੁਅਲ 'ਚ ਕਿੱਦਾਂ ਦੇ ਇਨਸਾਨ ਤੁਹਾਨੂੰ ਲੱਗੇ। ਅਤੇ ਸ਼ਹਿਨਾਜ਼ ਨਾਲ ਮੇਰਾ ਬੌਂਡ ਯਾਰ ਬਹੁਤ, ਪਤਾ ਕਿੱਦਾਂ ਦਾ ਬੌਂਡ ਆ ਐਗਜ਼ੈਕਟਲੀ, ਸਕੂਲ 10ਵੀਂ 'ਚ ਬੱਚੇ ਨਹੀਂ ਪੜ੍ਹਨੇ ਹੁੰਦੇ 8ਵੀਂ 10ਵੀਂ, ਹੈ ਨਾ? ਯੈਸ, ਉਦੋਂ ਤੁਸੀਂ ਕੁਛ ਵੀ ਕਹਿ ਦਿਓ ਅਤੇ 2 ਮਿੰਟ 'ਚ ਗੁੱਸਾ ਕਰਨਾ, ਓਕੇ, ਅਤੇ ਭਾਵੇਂ ਉਹ ਕੁਛ ਵੀ ਕਹਿ ਦੇ ਮੈਨੂੰ, ਤਾਂ ਮੈਂ ਕਹਿਣਾ ਚੱਲ ਕੋਈ ਨਹੀਂ ਜਾ ਫਿਰ, ਮਤਲਬ ਕੋਈ ਹੈਗਾ ਹੀ ਨਹੀਂ, ਮਤਲਬ ਕੋਈ ਉਹ ਨਹੀਂ ਹੈਗਾ, ਜ਼ਿੰਮੇਦਾਰੀ ਨਹੀਂ ਹੈ ਕੋਈ, ਉਹ ਇੱਦਾਂ ਦਾ ਫਰੈਂਡਸ਼ਿਪ ਵਾਲਾ ਬੌਂਡ ਆ ਜਿਹਦੇ 'ਚ ਭਾਵੇਂ ਮੈਨੂੰ ਔਨਲਾਈਨ ਕੁਛ ਵੀ, ਇੱਕ ਦਿਨ ਮੈਂ ਉਹਦਾ ਜਨਮ ਦਿਨ ਬਣਾ ਦਿੱਤਾ ਸੀ ਔਨਲਾਈਨ, ਇੱਦਾਂ ਹੀ ਬੈਠੇ ਬੈਠੇ ਨੇ, ਅਤੇ ਉਹ ਵਾਲੀ ਚੀਜ਼ ਆ ਜਿੱਦਾਂ 8ਵੀਂ 9ਵੀਂ 10ਵੀਂ ਦਾ ਨਹੀਂ ਹੁੰਦਾ ਵੀ ਯਾਰ ਤੁਸੀਂ ਸਕੂਲ ਜਾ ਰਹੇ ਹੋ, ਤੁਹਾਡੀ ਲੜਾਈਆਂ ਵੀ ਚੱਲ ਰਹੀਆਂ ਨੇ, ਫਿਰ ਤੁਹਾਨੂੰ ਹੋਰ ਕੋਈ ਪਸੰਦ ਵੀ ਆ, ਬਟ ਫਿਰ ਤੁਸੀਂ ਆ ਕੇ ਦੱਸ ਦਿਓ ਇੱਕ ਦੂਜੇ ਨੂੰ ਯਾਰ ਆਹ ਹੋ ਰਿਹਾ ਉਹ ਹੋ ਰਿਹਾ ਵਾ, ਸੋ ਉਹ ਵਾਲਾ ਬੌਂਡ ਆ ਸ਼ਹਿਨਾਜ਼ ਨਾਲ ਤੁਹਾਡਾ ਬੌਂਡ। ਉਹ ਐਕਚੁਅਲ 'ਚ ਮੈਨੂੰ ਲੱਗਦਾ ਕਿ ਨਾ ਜਿੱਦਾਂ ਦੀ ਵਾਈਬ ਇਨਸਾਨ ਚਾਹੁੰਦਾ ਹੈ ਕਿ ਹਾਂ ਦੋ ਲੋਕ ਇੱਦਾਂ ਦੇ ਹੋਣ, ਤਾਂ ਉਹ ਕਿਤੇ ਨਾ ਕਿਤੇ ਉਹਨੂੰ ਪਸੰਦ ਆਉਂਦਾ ਲੋਕਾਂ ਨੂੰ। ਸ਼ਹਿਨਾਜ਼ ਗਿੱਲ ਨਾਲ ਯੂ ਨੋ ਬੌਂਡ ਕੁਛ ਮੈਂ ਜ਼ਰੂਰ ਚਾਹੂੰਗਾ ਕਿ ਗੁਰੂ ਭਾਈ ਆਪਣਾ ਸ਼ੇਅਰ ਕਰੋ ਕਿ ਉਹ ਐਕਚੁਅਲ 'ਚ ਕਿੱਦਾਂ ਦੇ ਇਨਸਾਨ ਤੁਹਾਨੂੰ ਲੱਗੇ। ਅਤੇ ਸ਼ਹਿਨਾਜ਼ ਨਾਲ ਮੇਰਾ ਬੌਂਡ ਯਾਰ ਬਹੁਤ, ਪਤਾ ਕਿੱਦਾਂ ਦਾ ਬੌਂਡ ਆ ਐਗਜ਼ੈਕਟਲੀ, ਸਕੂਲ 10ਵੀਂ 'ਚ ਬੱਚੇ ਨਹੀਂ ਪੜ੍ਹਨੇ ਹੁੰਦੇ 8ਵੀਂ 10ਵੀਂ, ਹੈ ਨਾ? ਯੈਸ, ਉਦੋਂ ਤੁਸੀਂ ਕੁਛ ਵੀ ਕਹਿ ਦਿਓ ਅਤੇ 2 ਮਿੰਟ 'ਚ ਗੁੱਸਾ ਕਰਨਾ, ਓਕੇ, ਅਤੇ ਭਾਵੇਂ ਉਹ ਕੁਛ ਵੀ ਕਹਿ ਦੇ ਮੈਨੂੰ, ਤਾਂ ਮੈਂ ਕਹਿਣਾ ਚੱਲ ਕੋਈ ਨਹੀਂ ਜਾ ਫਿਰ, ਮਤਲਬ ਕੋਈ ਹੈਗਾ ਹੀ ਨਹੀਂ, ਮਤਲਬ ਕੋਈ ਉਹ ਨਹੀਂ ਹੈਗਾ, ਜ਼ਿੰਮੇਦਾਰੀ ਨਹੀਂ ਹੈ ਕੋਈ, ਉਹ ਇੱਦਾਂ ਦਾ ਫਰੈਂਡਸ਼ਿਪ ਵਾਲਾ ਬੌਂਡ ਆ ਜਿਹਦੇ 'ਚ ਭਾਵੇਂ ਮੈਨੂੰ ਔਨਲਾਈਨ ਕੁਛ ਵੀ, ਇੱਕ ਦਿਨ ਮੈਂ ਉਹਦਾ ਜਨਮ ਦਿਨ ਬਣਾ ਦਿੱਤਾ ਸੀ ਔਨਲਾਈਨ, ਇੱਦਾਂ ਹੀ ਬੈਠੇ ਬੈਠੇ ਨੇ, ਅਤੇ ਉਹ ਵਾਲੀ ਚੀਜ਼ ਆ ਜਿੱਦਾਂ 8ਵੀਂ 9ਵੀਂ 10ਵੀਂ ਦਾ ਨਹੀਂ ਹੁੰਦਾ ਵੀ ਯਾਰ ਤੁਸੀਂ ਸਕੂਲ ਜਾ ਰਹੇ ਹੋ, ਤੁਹਾਡੀ ਲੜਾਈਆਂ ਵੀ ਚੱਲ ਰਹੀਆਂ ਨੇ, ਫਿਰ ਤੁਹਾਨੂੰ ਹੋਰ ਕੋਈ ਪਸੰਦ ਵੀ ਆ, ਬਟ ਫਿਰ ਤੁਸੀਂ ਆ ਕੇ ਦੱਸ ਦਿਓ ਇੱਕ ਦੂਜੇ ਨੂੰ ਯਾਰ ਆਹ ਹੋ ਰਿਹਾ ਉਹ ਹੋ ਰਿਹਾ ਵਾ, ਸੋ ਉਹ ਵਾਲਾ ਬੌਂਡ ਆ ਸ਼ਹਿਨਾਜ਼ ਨਾਲ ਤੁਹਾਡਾ ਬੌਂਡ। ਉਹ ਐਕਚੁਅਲ 'ਚ ਮੈਨੂੰ ਲੱਗਦਾ ਕਿ ਨਾ ਜਿੱਦਾਂ ਦੀ ਵਾਈਬ ਇਨਸਾਨ ਚਾਹੁੰਦਾ ਹੈ ਕਿ ਹਾਂ ਦੋ ਲੋਕ ਇੱਦਾਂ ਦੇ ਹੋਣ, ਤਾਂ ਉਹ ਕਿਤੇ ਨਾ ਕਿਤੇ ਉਹਨੂੰ ਪਸੰਦ ਆਉਂਦਾ ਲੋਕਾਂ ਨੂੰ। ਸ਼ਹਿਨਾਜ਼ ਗਿੱਲ ਨਾਲ ਯੂ ਨੋ ਬੌਂਡ ਕੁਛ ਮੈਂ ਜ਼ਰੂਰ ਚਾਹੂੰਗਾ ਕਿ ਗੁਰੂ ਭਾਈ ਆਪਣਾ ਸ਼ੇਅਰ ਕਰੋ ਕਿ ਉਹ ਐਕਚੁਅਲ 'ਚ ਕਿੱਦਾਂ ਦੇ ਇਨਸਾਨ ਤੁਹਾਨੂੰ ਲੱਗੇ। ਅਤੇ ਸ਼ਹਿਨਾਜ਼ ਨਾਲ ਮੇਰਾ ਬੌਂਡ ਯਾਰ ਬਹੁਤ, ਪਤਾ ਕਿੱਦਾਂ ਦਾ ਬੌਂਡ ਆ ਐਗਜ਼ੈਕਟਲੀ, ਸਕੂਲ 10ਵੀਂ 'ਚ ਬੱਚੇ ਨਹੀਂ ਪੜ੍ਹਨੇ ਹੁੰਦੇ 8ਵੀਂ 10ਵੀਂ, ਹੈ ਨਾ? ਯੈਸ, ਉਦੋਂ ਤੁਸੀਂ ਕੁਛ ਵੀ ਕਹਿ ਦਿਓ ਅਤੇ 2 ਮਿੰਟ 'ਚ ਗੁੱਸਾ ਕਰਨਾ, ਓਕੇ, ਅਤੇ ਭਾਵੇਂ ਉਹ ਕੁਛ ਵੀ ਕਹਿ ਦੇ ਮੈਨੂੰ, ਤਾਂ ਮੈਂ ਕਹਿਣਾ ਚੱਲ ਕੋਈ ਨਹੀਂ ਜਾ ਫਿਰ, ਮਤਲਬ ਕੋਈ ਹੈਗਾ ਹੀ ਨਹੀਂ, ਮਤਲਬ ਕੋਈ ਉਹ ਨਹੀਂ ਹੈਗਾ, ਜ਼ਿੰਮੇਦਾਰੀ ਨਹੀਂ ਹੈ ਕੋਈ, ਉਹ ਇੱਦਾਂ ਦਾ ਫਰੈਂਡਸ਼ਿਪ ਵਾਲਾ ਬੌਂਡ ਆ ਜਿਹਦੇ 'ਚ ਭਾਵੇਂ ਮੈਨੂੰ ਔਨਲਾਈਨ ਕੁਛ ਵੀ, ਇੱਕ ਦਿਨ ਮੈਂ ਉਹਦਾ ਜਨਮ ਦਿਨ ਬਣਾ ਦਿੱਤਾ ਸੀ ਔਨਲਾਈਨ, ਇੱਦਾਂ ਹੀ ਬੈਠੇ ਬੈਠੇ ਨੇ, ਅਤੇ ਉਹ ਵਾਲੀ ਚੀਜ਼ ਆ ਜਿੱਦਾਂ 8ਵੀਂ 9ਵੀਂ 10ਵੀਂ ਦਾ ਨਹੀਂ ਹੁੰਦਾ ਵੀ ਯਾਰ ਤੁਸੀਂ ਸਕੂਲ ਜਾ ਰਹੇ ਹੋ, ਤੁਹਾਡੀ ਲੜਾਈਆਂ ਵੀ ਚੱਲ ਰਹੀਆਂ ਨੇ, ਫਿਰ
ਤੁਹਾਨੂੰ ਹੋਰ ਕੋਈ ਪਸੰਦ ਵੀ ਆ, ਬਟ ਫਿਰ ਤੁਸੀਂ ਆ ਕੇ ਦੱਸ ਦਿਓ ਇੱਕ ਦੂਜੇ ਨੂੰ ਯਾਰ ਆਹ ਹੋ ਰਿਹਾ ਉਹ ਹੋ ਰਿਹਾ ਵਾ, ਸੋ ਉਹ ਵਾਲੀ ਉਹ ਵਾਲਾ ਬੌਂਡ ਆ।